जी की हाल ने सारे दे। कल तुसी देखे लास्ट ब्लॉग दे विच अपा चंडीगढ़ एयरपोर्ट आए थी पटियाले तो, ते उस तो बाद अपन वापसी पंचकुले तो पटियाले दी मिली सी। ते अपन निकले, फोन आया अपन नाल दी नाल निकल के पंचकुले वाल नू। रस्ते विच बहुत ट्रैफिक मिलिया, बल्टाने वाली लाइटां दे फुल ट्रैफिक सीगा। करो ब्लॉग इंजॉय, देखो। फाइनली आप राजपुरे पहुंच गए थे 7:30 बजे। 8 बजे अपने कस्टमर ड्रॉप करता पटियाले। उस तो बाद हूँ आप स्टार्ट कराऊंगे नवा ब्लॉग, जो आप कंटिन्यू कर देंगे। सपोर्ट करो, लाइक करो, सबसक्राइब कर लो यूट्यूब चैनल। मिलते हैं फिर एक नवी वीडियो के नाल, इंजॉय करो। जी की हाल ने सारे दे। अज तरीक है 22 मई। आप गड्डी गुड्डी साफ करके हो गए थे तैयार। अर्जेंट आ गई अपन कॉल, छेती छेती निकलना पिया अपन कस्टमर नू पिकअप करन लई। अज आप जा रहे हैं चंडीगढ़ पासपोर्ट ऑफिस। मैडम दी अपॉइंटमेंट सी तां अपन बहुत जल्दी निकलना पिया। लो जी मिलते हैं आप पासपोर्ट ऑफिस चंडीगढ़ जाके। पहला चलांगे आप CNG पवावांगे। CNG है नहीं, पहला आप चल के CNG पवांदे फिर मिलते हैं।
ਆਪਾਂ ਚੰਡੀਗੜ੍ਹ ਪਾਸਪੋਰਟ ਆਫਿਸ ਦੇ ਕੋਲ ਹੀ ਪੈਟਰੋਲ ਪੰਪ ਸੀ, ਸੋਚਿਆ ਕਿ ਪੈਟਰੋਲ ਦੀ ਟੈਂਕੀ ਫੁੱਲ ਕਰਾ ਲਿੱਤੀ ਜਾਵੇ। ਸੀ ਐਨ ਜੀ ਤਾਂ ਆਪਣੀ ਫੁੱਲ ਹੋ ਚੁੱਕੀ ਸੀ, ਪੈਟਰੋਲ ਵੀ ਆਪਾਂ ਮੋਸਟਲੀ ਮੈਂ ਚੰਡੀਗੜ੍ਹ ਤੋਂ ਹੀ ਪਾਉਂਦਾ। ਜਦ ਵੀ ਗੇੜਾ ਲੱਗਦਾ, ਜਦ ਵੀ ਘੱਟ ਹੋ ਜਾਂਦਾ, 2-2.5 ਮਹੀਨੇ ਚੱਲ ਜਾਂਦਾ ਪੈਟਰੋਲ ਫੁੱਲ ਕਰਾ ਕੇ। ਆਪਾਂ ਫਿਰ ਸੋਚਿਆ ਚਲੋ ਟੈਂਕੀ ਫੁੱਲ ਹੀ ਕਰਾ ਲਈਏ। ਪੈਟਰੋਲ ਪੰਪ ਪਾਸਪੋਰਟ ਆਫਿਸ ਦੇ ਨਾਲ ਲੱਗੀ। ਇਹ ਦੇਖੋ ਪਾਸਪੋਰਟ ਆਫਿਸ ਦਾ ਹਾਲ, ਸਾਰੀ ਦੁਨੀਆ ਹੀ ਬਾਹਰ ਜਾਣ ਲੱਗੀ ਹੈ, ਭਰ ਭਰ ਕੇ ਰਸ਼ ਹੈ। ਹਜੇ ਤਾਂ ਲੋਕ ਸਾਈਡਾਂ 'ਤੇ ਖੜ੍ਹੇ ਨੇ, ਇਹ ਤਾਂ ਉਹ ਨੇ ਜਿਹੜੇ ਜਿਨ੍ਹਾਂ ਦਾ ਟਾਈਮ ਆ ਗਿਆ ਪਾਸਪੋਰਟ। ਮੈਂ ਸੋਚਿਆ ਕਿਉਂ ਨਾ ਗੇੜੀ, ਛੋਟੀ ਜਿਹੀ ਗੇੜੀ। ਲਓ ਜੀ, ਕਸਟਮਰ ਦੀ ਆ ਗਈ ਕਾਲ, ਚੱਲਿਆ ਕਸਟਮਰ ਨੂੰ ਪਿਕਅਪ ਕਰਨ। ਉਹ ਪਾਸਪੋਰਟ ਆਫਿਸ ਤੋਂ ਫ੍ਰੀ ਹੋ ਚੁੱਕੇ ਨੇ। ਫਿਰ ਹੁਣ ਆਪਾਂ ਤੁਹਾਨੂੰ ਮਿਲਾਂਗੇ ਪਟਿਆਲੇ ਜਾ ਕੇ ਕਸਟਮਰ ਨੂੰ ਡਰੌਪ ਕਰਨ ਤੋਂ ਬਾਅਦ। ਇਹ ਆ ਗਈ ਪਾਸਪੋਰਟ ਆਫਿਸ ਵਾਲੀ ਲਾਈਨ, ਮਿਲਦੇ ਹਾਂ ਫਿਰ ਪਟਿਆਲੇ ਜਾ ਕੇ। ਪੱਪੀ ਢਾਬੇ 'ਤੇ ਰੁਕੇ ਸੀ ਪਟਿਆਲਾ ਰੋਡ 'ਤੇ, ਜ਼ੀਰਕਪੁਰ ਤੋਂ ਪਟਿਆਲਾ ਰੋਡ 'ਤੇ ਟੋਲ ਤੋਂ ਪਹਿਲਾਂ। ਬਸ ਚਾਹ ਪੀ ਕੇ ਨਿਕਲ ਗਏ ਪਟਿਆਲੇ ਵੱਲ ਨੂੰ। ਜੀ ਕਸਟਮਰ ਨੂੰ ਡਰੋਪ ਕਰਕੇ ਆਪਾਂ ਪਹੁੰਚ ਗਏ ਥਾਪਰ ਵਾਲੀ ਲਾਈਟਾਂ 'ਤੇ। ਥੋੜ੍ਹਾ ਜਿਹਾ ਕੰਮ ਸੀਗਾ, ਹੁਣ ਆਪਾਂ ਜਾਣਾ ਹੈ ਮਿੰਨੀ ਸੈਕਟਰੀਏਟ, ਆਪਣਾ ਥੋੜ੍ਹਾ ਜਿਹਾ ਕੰਮ ਨਿਬੇੜ ਕੇ ਫਿਰ ਦੇਖਦੇ ਹਾਂ ਅੱਜ ਕਿੱਥੇ ਨੂੰ ਜਾਂਦੇ ਹਾਂ, ਕਿਉਂਕਿ ਅੱਜ ਮੂਡ ਹੈ ਥੋੜ੍ਹਾ ਜਿਹਾ ਹੋਰ ਕੰਮ ਕਰਨ ਦਾ, ਅਤੇ ਟਾਈਮ ਵੀ ਕੁਛ ਖਾਸ ਨਹੀਂ ਹੋਇਆ। ਹਲੇ 3 ਵਜੇ ਅਤੇ ਹੁਣ ਆਪਾਂ ਨਿਕਲਦੇ ਹਾਂ ਮਿੰਨੀ ਸੈਕਟਰੀਏਟ, ਉੱਥੋਂ ਕੰਮ ਕੁੰਮ ਨਿਬੇੜ ਕੇ ਫਿਰ ਤੁਹਾਨੂੰ ਅਪਡੇਟ ਦਿੰਦਾ ਕਿ ਕਿੱਥੇ ਜਾ ਰਿਹਾ ਕਿ ਨਹੀਂ ਜਾ ਰਿਹਾ। ਲਓ ਜੀ, 4:30 ਇੱਕ ਗੇੜਾ ਆਇਆ ਭਵਾਨੀਗੜ੍ਹ ਦਾ, ਬਸ ਜਾਣਾ ਨਹੀਂ ਕਰਨਾ ਸੀ ਤਾਂ ਕਰਕੇ ਕੁਝ ਜ਼ਿਆਦਾ ਸ਼ੂਟ ਕੀਤਾ ਨਹੀਂ, ਥੋੜ੍ਹਾ ਜਿਹਾ ਸ਼ੂਟ ਕੀਤਾ ਸੀ ਰੋਡ ਦਾ ਬਸ। ਅਤੇ ਮਿਲਦੇ ਹਾਂ ਆਪਾਂ ਕੱਲ੍ਹ ਇੱਕ ਨਵੇਂ ਵਲੌਗ ਦੇ ਨਾਲ। ਲਾਈਕ ਅਤੇ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ, ਬਾਏ ਬਾਏ, ਟਾਟਾ।